ਨਾਮ ਚੀਕੂ ਸਿੰਘ। ਚੀਕੂ ਸਿੰਘ ਕੀ ਕਰਦੇ ਸੀ? ਚੀਕੂ ਸਿੰਘ ਗੁੱਡ ਮਾਰਨਿੰਗ ਬੋਲੋ ਪਹਿਲਾਂ, ਸਭ ਤੋਂ ਪਹਿਲਾਂ ਗੁੱਡ ਮਾਰਨਿੰਗ ਬੋਲੋ ਸਾਰਿਆਂ ਨੂੰ। ਹੈਲੋ ਫਰੈਂਡਸ, ਕਿਵੇਂ ਸਾਰੇ? ਵੈਲਕਮ ਬੈਕ ਟੂ ਆਰ ਯੂਟਿਊਬ ਚੈਨਲ। ਸਵੇਰੇ ਕੀ ਹੋ ਰਿਹਾ ਚੀਕੂ, ਬੋਲੋ। ਸਵੇਰੇ ਸਵੇਰੇ ਚੀਕੂ ਤੇ ਮੈਂ ਵੇਖਣ ਆਇਆ ਬਾਹਰ ਦੀ ਹਾਲਤ ਤੇ ਸਭ ਕੁਝ। ਬਾਹਰ ਦੀ ਹਾਲਤ ਦੇ ਵਿੱਚ ਛੱਡ ਤੋੜ ਦਿੱਤਾ ਆਪਾਂ ਤੇ ਠੀਕ ਹੈ। ਹਾਂਜੀ, ਇੱਧਰ ਤੇ ਵੇਖੋ ਕੀ ਲੋ ਜੀ, ਇੱਧਰ ਵੇਖੋ, ਇੱਧਰ ਵੇਖੋ, ਇੱਧਰ ਕੀ ਕੁਝ ਹੋ ਗਿਆ। ਸਾਡਾ ਪੂਲ ਵੀ ਗਿਆ। ਤੂੰ ਕਿਉਂ ਫਤਿਹ ਫਤਿਹ ਲੱਗਿਆ ਪੂਲ ਤੋਂ? ਬੱਚੀ ਉਹ ਆਪਣੇ ਆਪ ਤੋੜ ਲੈਣਗੇ, ਤੂੰ ਕਿਉਂ ਪੰਗੇ ਲੈਣ ਦਿਆ? ਮਿਸਤਰੀਆਂ ਨੇ ਆਪ ਹੀ ਤੋੜ ਲੈਣਾ ਬੱਚੀ, ਐਵੇਂ ਨਾ ਸੱਟ ਸੁੱਟ ਵੱਜ ਜਾਣੀ ਤੈਨੂੰ। ਹੈਲਪ ਕਰੇਗਾ ਤੂੰ? ਕੀ ਤੰਗ ਕਰੇਗਾ ਤੂੰ? ਪੈਰਾਂ ਥੱਲੇ ਆਉਂਦਾ ਬਸ, ਹੋਰ ਕੁਛ ਨਹੀਂ ਕਰਦਾ, ਚੱਕੀਆਂ ਮਾਰਦਾ। ਤੇ ਇੱਧਰ ਸ਼ੈੱਡ ਵੀ ਗਿਆ, ਇੱਧਰ ਸੇ ਪੂਲ ਕਾ ਵੀ ਸਿਸਟਮ ਹੈਂਗ ਹੋ ਗਿਆ ਹੈ। ਫਤਿਹ ਫਤਿਹ ਪੂਲ ਦਾ ਵੀ ਸਿਸਟਮ ਹੈਂਗ ਹੋ ਗਿਆ, ਸਿਸਟਮ ਹੈਂਗ ਕਰਦਾ। ਫਰੈਂਡ ਸਾਡੀ ਇੰਨੀ ਪਿਆਰੀ ਪਾਰਕ, ਇਹਦੇ ਵਿੱਚ ਅਸੀਂ ਇੰਨੇ ਮਸਾਂ ਮਸਾਂ ਫਲਾਵਰਸ ਗਾਇਸ ਹਨ। ਵੇਖੋ ਆ ਵਾਲੀ ਬਿਲਕੁਲ ਨਹੀਂ ਲੱਗੀ, ਲੇਕਿਨ ਬੜੀ ਸੋਹਣੀ ਖੁਸ਼ਬੂ ਹੈ ਦੀ ਨਾ, ਫੁੱਲਾਂ ਦੀ ਬਹੁਤ ਵਧੀਆ। ਤੇ ਸਾਡੇ ਆੜੂ ਵੀ ਲੱਗੇ, ਪਰ ਆੜੂ ਨੂੰ ਕੋਈ ਪ੍ਰੋਬਲਮ ਹੋ ਗਈ ਹੈ, ਇਹਦੇ ਸਾਰੇ ਪੱਤੇ ਨਾ ਇਕੱਠੇ ਇਕੱਠੇ ਜਿਹੇ ਹੋ ਗਏ ਸੀ, ਤੇ ਮੇਰੇ ਹਿਸਾਬ ਨਾਲ ਖਰਾਬ ਹੀ ਹੋ ਗਿਆ ਪਿੰਡਾ। ਚਲੋ ਹੁਣ ਉਂਝ ਵੀ ਪੱਟਣਾ ਹੀ ਪੈਣਾ, ਹੋਰ ਆਪਸ਼ਨ ਕੋਈ ਨਹੀਂ। ਨਿੱਕੀਆਂ ਵੇਖੋ ਵਾਹਵਾ ਹੋ ਗਈਆਂ ਸੀ ਹੁਣ। ਚਲੋ ਵਾਹਿਗੁਰੂ ਦੇ ਲਾਂਗੇ, ਕੋਸ਼ਿਸ਼ ਕਰਾਂਗੇ ਇਹਨੂੰ ਜੇ ਗੱਚ ਕੇ ਕਿਧਰੇ ਹੋਰ ਲੱਗ ਜੇ, ਤੇ ਅਮਰੂਦ ਨੂੰ ਵੀ ਕਰਾਂਗੇ, ਬਟ ਸਾਰੇ ਕਹਿੰਦੇ ਨੇ ਹੋਣਾ ਕੋਈ ਨਹੀਂ। ਜੇ ਦੁਬਾਰਾ ਆਪਾਂ ਗੱਚ ਕੇ, ਮੰਮੀ ਨੇ ਥੱਲੇ ਖੋਦ ਕੇ ਨਾ ਥੋੜ੍ਹਾ ਜਿਹਾ ਪਾਣੀ ਦਿੱਤਾ ਵੀ ਪੱਟੇ ਜਾਣ ਵਧੀਆ, ਤੇ ਜੇ ਤੇ ਹੋ ਗਏ ਤੇ ਫਿਰ ਆਪਾਂ ਕਰਾਂਗੇ ਟਰਾਈ ਕਿਧਰੇ ਹੋਰ ਲਾਉਣ ਦੀ ਇਹਨਾਂ ਨੂੰ, ਅਦਰਵਾਈਜ਼ ਫਿਰ ਵੇਖੀ ਜਾਏਗੀ ਵੀ ਜੋ ਹੋਊਗਾ। ਚਲੋ ਐਕਸਰਸਾਈਜ਼ ਕਰੋ, ਚੀਕੂ ਬੰਦੇ ਡਰ ਜਾਂਦਾ ਥੋੜ੍ਹੀ ਦੀ ਆਵਾਜ਼ ਨਾਲ। ਅਲਰਟ ਕਰੋ ਕਰੋ, ਉਹ ਹੋ ਜਾਂਦਾ ਚੁੱਚੂ ਕਰ ਲਾ ਕੇ ਵੇਖ ਲਓ ਇਹਨੂੰ ਅਜੀ ਕਰਾ। ਹਾਂਜੀ ਯਾਦ ਹੈ ਵੇਲ ਆ ਵਾਲੀ ਆ ਜਿਹੜੀ ਇਹ ਖਾਲੀ ਪਈ ਏ। ਸੀਜ਼ਨ ਦੇ ਪਹਿਲੇ ਖਰਬੂਜਿਆਂ ਨੂੰ ਪੈ ਜਾਣਗੇ ਟੁੱਟ ਕੇ, ਤੇ ਐਵੇਂ ਭੂਤ ਫਰੂਟ, ਜਿਹਨੂੰ ਕਹਿੰਦੇ ਭੂਤ ਫਰੂਟ, ਡਰੈਗਨ ਫਰੂਟ, ਮਨਿੰਦਰ ਦੇ ਗੋਲ ਗੱਪਿਆਂ ਨਾਲ ਵੀ ਨੀ ਉਹ ਵਧੇ, ਪਲੈਟਲੈਸ ਮੋਮੋਸ ਖਵਾਏ ਨੇ, ਤੇ ਫਰਕ ਪਿਆ ਕਿ ਕੋਈ ਨੀ? ਕੁਛ ਕੋਈ ਡਰੈਗਨ ਫਰੂਟ ਨਾ ਜੇ ਕੱਟਣੇ ਤੇ ਕਾਫੀ ਘੱਟ ਗਏ ਨੇ। ਸੋ ਮੈਨੂੰ ਇਹ ਡਰ ਹੈ ਵੀ ਫਟਕ ਫੁਟਕ ਹੀ ਨਾ ਜਾਏਗੀ ਘਰ ਵਿੱਚ। ਉਹ ਬਰਾਲ ਤੂੰ ਆਪਣੀ ਡਾਇਟਿੰਗ ਡਿਊਟਿੰਗ ਨਾ ਕਰ, ਤੂੰ ਆਪਣਾ ਮਾਲ ਖਾਓ ਤੇ ਆਪਣਾ ਜੀਓ। ਪਤਲੀ ਹੋਣਾ ਤੇ ਪਰੌਂਠੇ, ਕਹਿੰਦੀ ਜਿੱਦਾਂ ਦੇ ਪਰੌਂਠੇ ਛੱਡੇ ਨੇ ਤੁਸੀਂ, ਮੇਰੇ ਪਰੌਂਠੇ ਛੱਡਵਾ ਕੇ ਮੇਰੇ ਪਲੈਟਲੈਸ ਕਢਵਾਏ ਨੇ। ਮੈਂ ਨਾ ਵੀ ਆਪਣੇ ਤੂੰ ਇੱਕ ਤੇ ਚਾਰ ਖਾ ਲਈ, ਕਾਹਦਾ ਰੌਲਾ ਪੈ ਗਿਆ? ਕੀ ਹੋਇਆ? ਡਰੈਗਨ ਫਰੂਟ ਮੰਮਾ ਵਾਸਤੇ, ਮੈਂ ਕਿਹਾ ਪਤਾ ਨਹੀਂ ਨਹੀਂ ਉਹ ਸਾਰੇ ਖਾ ਲਏ, ਮਿੱਟੀ ਦੇ ਵਿੱਚ ਦਾਣੇ ਜੇ ਪਾਏ। ਫਤਿਹ ਬੱਚੀ ਕਿੱਥੇ ਗਿਆ? ਓਰੀਓ ਕਿੱਥੇ? ਓਰੀਓ ਖਾਣਾ ਹੈ। ਓਰੀਓ ਵੀ ਮਿਲੇ? ਮੇਰੀ ਗੱਲ ਸੁਣ ਬੱਚੀ, ਮੇਰੀ ਗੱਲ ਸੁਣ, ਚਲੋ ਓਰੀਓ ਵੀ ਦੇ ਦਾਂਗੇ, ਦੇਨੇ ਚਲੋ ਲੈ ਲੈ। ਫਤਿਹ ਉਲਟੇ ਕਾਮਣੇ ਫਰੂਟ ਖਾ ਲੈ, ਮੰਮੀ ਦੁੱਧ ਦੇ ਦੇ, ਫਿਰ ਦੁੱਧ ਫੜੇਗਾ ਤੇ ਓਰੀਓ ਮਿਲੇਗਾ। ਫਿੱਕਾ ਕੀ ਵੀ ਕਹਿੰਦਾ ਹੁੰਦੇ ਨੇ, ਫਿੱਕੇ ਜੇ ਨੇ ਬਕ ਬੱਕਾ ਜਿਹਾ, ਪਰ ਬੜਾ ਕਹਿੰਦੇ ਨੇ ਬੜੀ ਵਧੀਆ ਚੀਜ਼ ਹੈ। ਖਾਲੀ ਘਰ ਚ ਨਾ ਸਾਡਾ ਰੋਲਾ ਕਿੰਨਾ ਗੂੰਜਦਾ। ਹਾਂ ਬਾਕੀ ਉਹ ਉਧਰ ਕਮਰੇ ਸਾਰੇ ਖਾਲੀ ਨੇ ਨਾ,
ਤੇ ਗੂੰਜਦੇ ਨੇ, ਈਕੋ ਬੜੀ ਹੁੰਦੀ ਹੈ। ਟਿੱਕੀ 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 ਕੀ ਖਾਂਦੀ ਸੀ, ਟਿੱਕੀ ਮਿੱਕੀ ਪੀਕੀ, ਓਏ ਆ ਕੀ ਕੀ ਚੁੱਕੀ ਖਾਂਦੇ, ਖੜ ਜਾ ਜਰਾ, ਉਹਦਾ ਬੜਾ ਪਲਾਸਟਿਕ ਦੀ ਤਾਰ ਆ, ਟਿੱਕੀ 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 ਆ ਜਾ ਟਿੱਕੀ, ਸੀਤ ਖਾ ਲੈ ਬੇਟਾ, ਵੇਖ ਲੈ ਹੁਣ ਤੂੰ ਤੂੰ ਉਹੀ ਫੜ ਕੇ ਬਹਿ ਗਈ, ਮੋਟੋ ਜੀ ਜਿਹੜੇ ਫਰੂਟ ਹੈ ਉਹ ਉਹ ਤੁਹਾਨੂੰ ਖਾਣ ਭੈੜਾ ਲੱਗਦਾ, ਬੇਟਾ ਫਿਰ ਚਿੱਟੇ ਦਾਗ ਨੇ, ਹੈਲਦੀ ਚੀਜ਼ਾਂ ਖਾਓ ਨਾ, ਵਾਈਟ ਸਪੋਟ ਖਤਮ ਹੋ ਜਾਣਗੇ, ਕਈ ਵਾਰ ਸਕਿਨ ਦੀ ਪ੍ਰੋਬਲਮ ਹੁੰਦੀ ਹੈ, ਦਵਾਈਆਂ ਨਾਲ ਨਹੀਂ ਹੋਣਾ, ਐ ਵੱਡੇ ਹੋ ਗਏ ਆਪਣੇ ਆਪ ਹੌਲੀ ਹੌਲੀ ਠੀਕ ਹੋ ਜਾਣਗੇ, ਚੱਲ ਖਾ ਜਾਓ ਨਾ, ਤੇ ਅਰਬੀ ਨੂੰ ਕੀ ਆਪਣੀ ਹੈਲਥ ਵੇਖਣੀ, ਕਿ ਦਵਾਈਆਂ ਸਵਾਦ ਹੁੰਦੀਆਂ, ਦਵਾਈ ਵੀ ਖਾਂਦੇ ਆ ਨਾ, ਫਿਰ ਦਵਾਈ ਨਾਲੋਂ ਇਹ ਚੀਜ਼ ਚੰਗੀ ਕਿ ਹੋਰ ਬੇਟਾ ਸੀਰਤ ਗਾਣੇ ਬੰਦ ਕਰਕੇ ਨਾ ਹੋਮਵਰਕ ਕਰ ਲੈ, ਫਿਰ ਤੈਨੂੰ ਨਾ ਮੈਂ ਸੁਧਾਰ ਦੇਣਾ, ਫਿਰ ਸੁਰਾਈ ਮੈਂ ਉਬਲਾ ਪਾਣੀ ਰਹਿ ਗਿਆ ਮੇਰੇ ਪਸੰਦੀਦਾ, ਇੱਕ ਕੁਛ ਮਿਲਦਾ ਉਹ ਕਿੱਥੇ ਆਂਦਾ ਜੀ, ਚੀਕੂ ਮੈਨੂੰ ਹਜੇ ਤਾਂ ਆਲੇ ਪ੍ਰੋਬਲਮ ਕਰ ਕਰ ਮਿੱਤਰਾਂ ਦੇ ਚੀਪ ਗੁਰਫਤਿਹ, ਮੈਂ ਤੇ ਥੱਪੜ ਲਾ ਦੇਣਾ ਆਪਣਾ, ਸਟੱਡੀ ਕਰ ਲੈ, ਪ੍ਰੋਮੋਸ਼ਨ ਹੋ ਗਈ ਕਾਦੀ ਗਾਣੇ ਦੀ, ਤੇਰੀ ਤੇ ਪ੍ਰੋਮੋਸ਼ਨ ਦੇ ਬਿਨਾਂ ਗਾਣਾ ਰਹਿੰਦਾ, ਓ ਲੋ ਉੱਥੇ ਆ ਸੁਣਾਈ ਦੁਆਰਾ ਸੁਣਾਈ, ਮਿੱਤਰਾਂ ਦੀ ਚੜਤ ਤਾਂ ਮਿੱਤਰਾਂ ਦੀ ਚੜਤ ਤਾਂ ਮੈਂ ਚੁਕਾ ਜਾ, ਓ ਕਿਆ ਸੁਣਦਾ ਚੱਲ ਬਈ, ਉਹਦੇ ਵਾਲ ਨਾਲ ਜਾ ਫਤਿਹ ਤੇਰਾ ਸਟੱਡੀ ਕਰ ਲੈ, ਜਿਹੜੀ ਕਹਿੰਦਾ ਸੀ ਦੋ ਕੈਪਸੂਲ ਲੈ ਪੰਜਾਬ ਦੇ, ਕਹਿੰਦਾ ਦੋ ਕੈਪਸੂਲ ਲੈ ਤੂੰ ਪੰਜਾਬ ਦੇ, ਇੱਧਰ ਆ ਜਾ ਫਤਿਹ, ਫਤਿਹ ਦੇਖ ਲੈ ਤੇਰਾ ਹੋਮਵਰਕ ਹੋਏ ਰਹਿੰਦਾ ਕਿੰਨਾ ਕਰ ਲਿਆ, ਫਿਰ ਛੇਤੀ ਆ ਜਾ, ਜਲਦੀ ਆ ਜਾ, ਜਲਦੀ ਆ ਇੱਧਰ। ਫਰੈਂਡਸ ਜਿਵੇਂ ਕਿ ਤੁਹਾਨੂੰ ਪਤਾ ਸਾਡੇ ਘਰ ਚੱਲ ਰਿਹਾ ਪੂਰਾ ਕੰਸਟਰਕਸ਼ਨ ਦਾ ਕੰਮ, ਖਲਾਰਾ ਪਿਆ ਹੋਇਆ ਇੱਧਰ ਉੱਧਰ, ਇਸ ਕਰਕੇ ਅਸੀਂ ਆਪਣੇ ਗਾਵਾਂ ਨੂੰ ਰੱਖੀ ਹੈ ਡੇਰੇ 'ਤੇ, ਹੁਣ ਅਸੀਂ ਚੱਲੇ ਹਾਂ ਉੱਥੇ, ਦਾਦੂ ਧਾਰ ਵੀ ਕੱਢਣਗੇ ਨਾਲੇ, ਅਸੀਂ ਵੰਡਾ ਵੁੰਡਾ ਵੀ ਪਾਵਾਂਗੇ ਗਾਵਾਂ ਨੂੰ, ਇਹਦੇ ਵਿੱਚ ਕੁਛ ਨਹੀਂ ਹੈਗਾ ਨਾ, ਨਹੀਂ ਤਾਂ ਦੁੱਧ ਪਾ ਕੇ ਰਿਹਾ ਡੇਰੇ ਤੇ, ਤੇ ਆ ਮੇਰਾ ਨਿੱਕਾ ਜਿਹਾ ਫਰੈਂਡ ਏ, ਨਾਮ ਦੱਸ ਆਪਣਾ, ਤੇਰਾ ਨਾਮ ਕੀ ਹੈ, ਸਹਿਜ, ਆਏ ਸਹਿਜ ਤੇ ਆ ਬਹੁਤ ਜ਼ਿਆਦਾ ਸ਼ਰਾਰਤੀ ਬੱਚਾ ਹੈ, ਆ ਰਹੀ ਮੇਰੇ ਕੋਲ, ਆ ਇੱਕ ਮੇਰੇ ਕੋਲ ਡੱਬੀ ਹੈ, ਅਤੇ ਦੀ ਵੱਖਰੀਆਂ ਖੇਡਾਂ ਨੇ ਮੈਚਸਟਿਕ ਵਾਲੇ ਬੋਕਸ ਨਾਲ ਖੇਡਦਾ, ਅਤੇ ਮੈਂ ਵੀ ਇਹਦੇ ਨਾਲ ਅੱਜ ਖੇਡਣੀ ਹੈ ਨਾ, ਅਤੇ ਅੱਜ ਬੜਾ ਮਜ਼ਾ ਆਉਂਦਾ, ਮੈਂ ਸਾਰੇ ਪਾਸੇ ਯੈਲੋ ਯੈਲੋ ਏ ਕਿਉਂਕਿ ਕਣਕਾਂ ਵੱਡੀ ਚੱਲੀਆਂ ਨੇ, ਦੱਸ ਦੱਸ ਅੱਛਾ, ਵਾਹ ਵਾਹ, ਉਹ ਲੈ ਕਰਤਾ ਕੰਮ, ਖਿਲਾਰਦੀਆਂ ਸਾਰੀਆਂ ਤਿੱਲੀਆਂ, ਰੱਖਦੇ ਨਹੀਂ ਤੁਸੀਂ ਖੇਡ ਖੇਡ ਕੇ, ਹੁਣ ਆ ਕੀ ਕਰਨ ਦੇ ਹੋ ਵੱਡੀ ਸਾਈਕਲ ਨਾਲ, ਪਤਾ ਨਹੀਂ ਕੀ ਕਰਨ ਦੇ ਨੇ ਉੱਥੇ, ਵੇਖੋ ਫਰੈਂਡਸ ਕਣਕ ਵੱਡੀ ਚਾਹੁੰਦਾ ਹੀ ਹੈ, ਅਤੇ ਧੂੜ ਮਿੱਟੀ ਬੜੀ, ਬਟ ਇੱਥੇ ਹਵਾ ਬਹੁਤ ਸੋਹਣੀ ਹੈ, ਬੜੀ ਅੱਛੀ ਹਵਾ ਚੱਲਣ ਦੀ, ਬੜਾ ਮਜ਼ਾ ਆਉਂਦਾ ਪਿਆ ਇੱਥੇ ਸੱਚੀ, ਬਹੁਤ ਵਧੀਆ ਨਜ਼ਾਰੇਦਾਰ ਜਗ੍ਹਾ ਹੈ ਇੱਥੇ ਡੇਰੇ 'ਤੇ, ਬਟ ਦਿੱਕਤ ਆਏ ਕਿ ਇੱਥੇ ਨਾ ਲਾਈਟ ਬਹੁਤ ਘੱਟ ਆਉਂਦੀ ਹੈ, ਮਤਲਬ 10 ਦਿਨਾਂ 'ਚ ਹਫ਼ਤੇ 'ਚ ਇੱਕ ਵਾਰ ਆਉਂਦੀ ਹੈ, ਇਸ ਕਰਕੇ ਥੋੜ੍ਹੀ ਜਿਹੀ ਦਿੱਕਤ ਵਾਲੀ ਗੱਲ ਹੈ, ਬਾਕੀ ਬੜਾ ਵਧੀਆ ਹੈ ਇੱਥੇ, ਉੱਥੋਂ ਫਰੈਂਡਸ ਉਹ ਵੇਖੋ ਉੱਥੇ ਵੀ ਉਵੇਂ ਕਣਕ ਵੜੀ ਚੰਦਾ ਹੀ ਹੈ, ਚਲੋ ਹੁਣ ਸਾਡੇ ਘਰ ਜਾਣ ਦਾ ਟਾਈਮ ਹੋ ਗਿਆ ਹੈ, ਦਾਦੂ ਨੇ ਡੰਗਰ ਚੋੜ ਲਏ ਨੇ, ਚਲੋ ਚੱਲੀਏ, ਆਹ ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਸੋਹਣੀ ਡਰੈਸ ਹੈ, ਕਲਰ ਕਿੰਨਾ ਵਧੀਆ, ਹਾਂ ਨਹੀਂ ਆਹ ਕਮਰਾ ਸੋਹਣਾ ਯਾਰ, ਤੇਰਾ ਕੰਮ ਚੱਲ ਜਾਏਗਾ ਤੇ ਵਧੀਆ,
ਓਕੇ ਥੈਂਕ ਯੂ ਜੀ ਕਸਟਮਰ ਨੂੰ ਫਿਰ ਥੈਂਕ ਯੂ ਵੀ ਕਰੀਦਾ ਹੁੰਦਾ ਨਾ ਵਧੀਆ ਕਸਟਮਰ ਹੁੰਦਾ ਗੁਰਪ੍ਰੀਤ ਕੌਰ ਯੂ ਐਸ ਏ ਘੈਂਟ ਤੇ ਤਗੜੇ ਕਸਟਮਰ ਵਧੀਆ ਵਾਲੇ ਚਲੋ ਹੁੰਦੀ ਬੋਂਡਿੰਗ ਹੁੰਦੀ ਕਈ ਵਾਰ ਹਨਾ ਪਿਆਰ ਬਣ ਜਾਂਦਾ ਆਪਣਾ ਬਿਲੀਵ ਮੇਨ ਗੱਲ ਹੈ ਵਿਸ਼ਵਾਸ ਦੀ ਜਦੋਂ ਤੁਸੀਂ ਕਿਸੇ ਨਾਲ ਮਤਲਬ ਵਧੀਆ ਕੰਮ ਕਰਕੇ ਦਿੰਦੇ ਹੋ ਹਨਾ ਰਿਸਪੈਕਟ ਵੀ ਕਰਦੇ ਹੋ ਸਾਰੀ ਚੀਜ਼ਾਂ ਰੀਜ਼ਨੇਬਲ ਪ੍ਰਾਈਸ ਸਾਰਾ ਕੁਛ ਵਧੀਆ ਵਧੀਆ ਮੇਨ ਗੱਲ ਹੁੰਦੀ ਕੁਆਲਿਟੀ ਤੈਨੂੰ ਦਿੱਕਤ ਨਹੀਂ ਜ਼ਿਆਦਾ ਕਮਰੇ 'ਚ ਹੁਣ ਸ਼ੂਟ ਸ਼ਾਟ ਕਰਕੇ ਤੇ ਐਡਜਸਟਮੈਂਟ ਦੇਖੋ ਹੁਣ ਕਰਨੀ ਪੈਣੀ ਸਾਲ ਲੱਗਣਾ ਡੇਢ ਲੱਗਣਾ ਹੈ ਨਾ ਨਵਾਂ ਘਰ ਬਣਾਉਣ 'ਚ ਟਾਈਮ ਤਾਂ ਲੱਗਣਾ ਹੀ ਲੱਗਣਾ ਵੇਖੋ ਸ਼ਾਨਦਾਰ ਬਣਾ ਕੇ ਦਾਂਗਾ ਫਿਰ ਵਧੀਆ ਵਾਲਾ ਜਿਹਦਾ ਗ੍ਰੈਂਡ ਪਤਾ ਲੱਗੇ ਹੋਏਗਾ ਘਰੇ ਹੀ ਬੁਟੀਕ ਬਟ ਸ਼ਾਨਦਰਾ ਤੂੰ ਇਹਨੂੰ ਆਪਣੀ ਮੰਮਾ ਦੀ ਮਸ਼ੀਨ ਨੂੰ ਡਾਇਨਿੰਗ ਟੇਬਲ ਬਣਾ ਲਿਆ ਬੇਟਾ ਇਹਦੇ ਰੋੜੀ ਨਾ ਮਸ਼ੀਨ ਹੈ ਦੂਜੀ ਹੈ ਇਹਦੇ ਨਾ ਉਹ ਫਿਰ ਗੜਬੜ ਹੋ ਸਕਦੀ ਖਰਾਬ ਖਰੂਬ ਨਾ ਹੋ ਜਾਏ ਨਾ ਇਹਦਾ ਸਿਸਟਮ ਐਵੇਂ ਦਾ ਹੁੰਦਾ ਹੁਣ ਕੀ ਕਰਨਾ ਪੈਨੂੰ ਓਰੀਓ ਅੱਛਾ ਮਿਕਸ ਕਰ ਲਿਆ ਵਿੱਚ ਘੋਲ ਲਿਆ ਤਾਂ ਦੇਖ ਉਲਟੇ ਕੰਮ ਸਾਰੇ ਉਲਟੇ ਕੰਮ ਕੋਈ ਕੰਮ ਨਹੀਂ ਕੋਈ ਕੰਮ ਨਹੀਂ ਤੁਸੀਂ ਕੀ ਗਿਟਰ ਪਿਟਰ ਲਾਈ ਬਈ ਕੀ ਕਰਨਾ ਬਣਾ ਦਾਂਗੇ ਚਾਚੂ ਦੇ ਵਿਆਹ ਚ ਚਾਚੂ ਕੀ ਸ਼ਾਦੀ ਹੈ ਕੋਈ ਛੋਟੀ ਮੋਟੀ ਬਾਤ ਥੋੜੀ ਹੈ ਸੀਰਤ ਬੱਚੀ ਨਾਸ ਹੋ ਜਾਣੀ ਸੀਰਤ ਉਹ ਚੀਕੂ ਤੇ ਕਮਲਾ ਬਾਕੀ ਸੂਟ ਡਰੈਸ ਬੜੀ ਸੋਹਣੀ ਹੈ ਸੀਰਤ ਵਧੀਆ ਲੱਗੀ ਤੈਨੂੰ ਵੋਇਸ ਓਵਰ ਤੇਰਾ ਅੱਧੀ ਰਾਤ ਨੂੰ ਕਰਨੇ ਪੈਣੇ ਨੇ ਉਹ ਤਾਂ ਜਦੋਂ ਰਾਤੀ ਮਿਸਤਰੀ ਤੁਰ ਜਾਣ ਕਰਨਗੇ ਫਿਰ ਹੁਣ ਤੋੜ ਫੋੜ 'ਚ ਸਾਡਾ ਸਾਨੂੰ ਗਾਈਜ਼ ਘੱਟ ਤੋਂ ਘੱਟ ਵੀ 2-3 ਮਹੀਨੇ ਲੱਗ ਜਾਣੇ ਤੋੜਨ 'ਚ ਹਾਂ ਤੇ ਉਹ ਇੰਨਾ ਟਾਈਮ ਲੱਗਦਾ ਹੋਰ ਯਾਰ ਮੇਰੀ ਗੱਲ ਸੁਣ ਲੈਂਟਰ ਤੋੜਨੇ ਕੰਧਾਂ ਤੋੜਨੀਆਂ ਫਿਰ ਸਾਰੀ ਜਗ੍ਹਾ ਪਲੇਨ ਕਰਨੀ ਰੱਖ ਕਰੇਨ ਰੱਖ ਚੱਲ ਜੇਟਾ ਚੱਲ ਰੱਖ ਕੇ ਜੀ ਸੀਰਤ ਫਤਿਹ ਸੌ ਗਿਆ ਕੰਬਲ ਵੇਲੇ ਐਵੇਂ ਲਪੇਟ ਲਪੇਟ ਕੇ ਸੌਂਦਾ ਜਿਵੇਂ ਬਈ ਪਤਾ ਨੀ ਕੀ ਹੈ ਤਿੰਨ ਕਮਰਿਆਂ ਚ ਵੀ ਇੱਕ ਤੇ ਤੇਰੀ ਮੰਮਾ ਨੇ ਬੁਟੀਕ ਵਾਲੇ ਸਮਾਨ ਰੱਖ ਲਿਆ ਸਾਰਾ ਫਿਰ ਸਾਡੇ ਕੱਪੜੇ ਕੁਪੜੇ ਕੋਈ ਨੀ ਬੇਟਾ ਐਡਜਸਟ ਕਰਨਾ ਪੈਣਾ ਸਾਲ ਡੇਢ ਤੇ ਐਡਜਸਟਮੈਂਟ ਹੀ ਹੈ ਹਰ ਇੱਕ ਚੀਜ਼ ਐਡਜਸਟ ਕਰਨਾ ਪੈਣਾ ਆਪਾਂ ਨੂੰ ਫਿਰ ਕਿਤੇ ਜਾ ਕੇ ਸਿਸਟਮ ਫਿੱਟ ਬੈਠੇਗਾ ਚਲੋ ਵਾਹਿਗੁਰੂ ਕਰੇ ਕਿਰਪਾ ਅਤੇ ਐਵੇਂ ਸਿਸਟਮ ਵਧੀਆ ਬਣ ਜਾਏਗਾ ਬਾਕੀ ਗਾਇਜ਼ ਤੁਸੀਂ ਸਾਰੇ ਸਪੋਰਟ ਕਰਦੇ ਰਹੋ ਇੱਦਾਂ ਹੀ ਪਿਆਰ ਦਿੰਦੇ ਰਹੋ ਸਾਰਾ ਕੁਛ ਵਿਖਾਉਂਦੇ ਰਹਾਂਗੇ ਤੁਹਾਨੂੰ ਆਪਾਂ ਵਲੋਗਸ ਦੇ ਵਿੱਚ ਕੀ ਸਿਸਟਮ ਕਿਵੇਂ ਕੀ ਚੱਲ ਰਿਹਾ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਸਾਰੀਆਂ ਆਪਣੀਆਂ ਛੋਟੀ ਛੋਟੀਆਂ ਖੁਸ਼ੀਆਂ ਓਕੇ ਫਰੈਂਡਸ ਹੁਣ ਅਸੀਂ ਕਰਨੇ ਆਪਣੇ ਇਸ ਵਲੌਗ ਦਾ ਇੱਥੇ ਐਂਡ ਉਮੀਦ ਕਰਦੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਵਧੀਆ ਲੱਗਿਆ ਹੋਏਗਾ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰੋ ਅਤੇ ਆਪਣੇ ਫੈਮਿਲੀ ਫਰੈਂਡਸ ਨਾਲ ਸ਼ੇਅਰ ਕਰੋ ਮਿਲਾਂਗੇ ਨੈਕਸਟ ਵਲੌਗਸ ਗੁੱਡ ਨਾਈਟ ਬਾਏ ਬਾਏ